ਅੱਜ ਦੇ ਯੁੱਗ ਵਿੱਚ ਇਲੈਕਟ੍ਰੋਨਿਕ ਜਿਹੜਾ ਸਿਸਟਮ ਆ, ਨਵੀਆਂ ਨਵੀਆਂ ਡਿਵਾਈਸਿਸ ਆਈਆਂ ਨੇ, ਨਵੇਂ ਨਵੇਂ ਯੰਤਰ ਬਣ ਗਏ ਨੇ, ਅਤੇ ਉਹ ਸਦਾ ਸਾਨੂੰ ਸੁੱਖ ਵੀ ਬਹੁਤ ਹੈ ਅਤੇ ਕਈ ਕਈ ਵਾਰ ਧੋਖਾ ਵੀ ਹੋ ਜਾਂਦਾ ਹੈ। ਤਾਂ ਧੋਖਾ ਤਾਂ ਖੈਰ ਸ਼ੈਤਾਨ ਵਰਗ ਕਰਦਾ ਆ, ਹੇਰਾਫੇਰੀ ਕਰਨ ਵਾਲੇ ਆਦਮੀ। ਤਾਂ ਜਿਹੜੇ ਚੰਗੇ ਇਨਸਾਨ ਨੇ ਉਹ ਇਸ ਦੇ ਫਾਇਦੇ ਹੀ ਲੈਂਦੇ ਨੇ। ਇੱਕ ਦੋ ਦਿਨ ਹੋਏ ਆ ਸਾਡੇ ਭਾਈ ਸਾਹਿਬ ਨਾਲ ਅਜਿਹੀ ਇੱਕ ਠੱਗੀ ਵੱਜ ਗਈ, ਅਤੇ ਅੱਜ ਉਹਨਾਂ ਤੋਂ ਜਾਣਾਂਗੇ ਕਿ ਇਹ ਤੁਹਾਡੇ ਨਾਲ ਕੋਈ ਫਰਾਡ ਜਾਂ ਠੱਗੀ ਇਹ ਕਿਸ ਤਰ੍ਹਾਂ ਹੋਈ, ਕੀ ਗੱਲ ਹੋ ਗਈ, ਅਤੇ ਤੁਸੀਂ ਇਸ ਤਰ੍ਹਾਂ ਜਿਹੜੀ ਠੱਗੀ ਆ ਕਿੰਨੀ ਕੁ ਦੇ ਨੁਕਸਾਨ ਦੇ ਹੇਠ ਆ ਗਏ ਹਾਂ। ਅਤੇ ਸਭ ਤੋਂ ਪਹਿਲਾਂ ਉਹਨਾਂ ਦਾ ਨਾਮ ਪੁੱਛਦੇ ਹਾਂ ਹਰਮਨ ਟੀ ਵੀ ਦੇ ਮਾਧਿਅਮ ਰਾਹੀਂ। ਸਾਰਿਆਂ ਤੋਂ ਪਹਿਲਾਂ ਉਹਨਾਂ ਦਾ ਸਵਾਗਤ। ਸਵਾਗਤ ਤਾਂ ਅਖਿਆਈ ਵਾਲੀ ਗੱਲ 'ਚ ਕਾਹਦਾ ਹੁੰਦਾ, ਇਹ ਨੁਕਸਾਨ ਆ, ਦੁੱਖ ਵਾਲੀ ਗੱਲ ਹੈ, ਪਰ ਫਿਰ ਵੀ ਮੀਡੀਆ ਦੇ ਵਿੱਚ ਅਸੀਂ ਉਹਨਾਂ ਨੂੰ ਇੱਥੇ ਆਉਣ 'ਤੇ ਜੀ ਆਇਆਂ ਕਹਿੰਦੇ ਹਾਂ। ਅਤੇ ਤੁਸੀਂ ਦੱਸੋ ਜੀ ਆਪਣਾ ਪਹਿਲਾਂ ਸ਼ੁਭ ਨਾਮ ਜੀ। ਸੁਰਜੀਤ ਸਿੰਘ। ਸੁਰਜੀਤ ਸਿੰਘ, ਹਾਂਜੀ ਸੁਰਜੀਤ ਸਿੰਘ ਜੀ, ਪਿਛਲੇ ਦਿਨ ਜਿਹੜੀ ਤੁਸੀਂ ਇਹ ਗੱਲਬਾਤ ਕਹਿੰਦੇ ਕਿ ਠੱਗੀ ਵੱਜ ਗਈ ਆ, ਇਹ ਕਿਸ ਤਰ੍ਹਾਂ ਹੋਇਆ, ਇਸ ਦੇ ਬਾਰੇ ਜਾਣਕਾਰੀ ਦਿਓ। ਗੱਲ ਇਸ ਤਰ੍ਹਾਂ ਹੈ ਜੀ, ਵੀ ਮੈਂ ਆਪਣੇ ਘਰ 4 ਵਜੇ 4 ਤਰੀਕ ਨੂੰ ਸ਼ਾਮ ਨੂੰ 4 ਵਜੇ ਘਰ ਸੀਗਾ, ਤਾਂ ਇੱਕ ਮੋਬਾਈਲ ਵਟਸਐਪ 'ਤੇ ਮੋਬਾਈਲ ਫੋਨ ਆਇਆ ਜਿਹਦਾ ਨੰਬਰ ਜਿਹੜਾ ਪਾਕਿਸਤਾਨ ਦਾ ਹੀ ਸਿਮ ਵਾਲਾ ਸੀਗਾ। ਉਹਦੇ ਵਿੱਚ ਪੁਲਿਸ ਦੀ ਜਿਹੜੀ ਆ ਮੋਟੋ ਜਿਹੜੀ ਆ 15 ਬੰਦਿਆਂ ਦੀ ਲੱਗੀ ਸੀ। ਉਹ ਬੰਦੇ ਨੇ ਮੈਨੂੰ ਕਿਹਾ ਕਿ ਤੁਹਾਡੇ ਲੜਕਾ ਜਿਹੜਾ ਆ ਉਹਨੇ ਅਣਪਛਾਤੇ ਬੰਦਿਆਂ ਨੂੰ, 2 ਬੰਦਿਆਂ ਨੂੰ ਲਿਫਟ ਦਿੱਤੀ ਆ, ਲਿਫਟ ਦਿੱਤੀ ਆ, ਤਾਂ ਉਹ ਬੰਦੇ ਜਿਹੜੇ ਕ੍ਰਿਮੀਨਲ ਸੀਗੇ, ਅਤੇ ਨਾਕੇ ਜਾ ਕੇ ਅਸੀਂ ਉਹਨਾਂ ਨੂੰ ਚੈੱਕ ਕੀਤਾ, ਉਹਨਾਂ ਕੋਲ ਮਾਲ ਜਿਹੜਾ ਕੋਲ ਬਰਾਮਦ ਹੋ ਗਿਆ। ਅਸੀਂ ਤੁਹਾਡੇ ਲੜਕੇ ਨੂੰ ਅਤੇ ਉਹਨਾਂ ਮੁੰਡਿਆਂ ਨੂੰ ਲੈ ਕੇ ਸਦਰ ਥਾਣਾ ਹੁਸ਼ਿਆਰਪੁਰ ਚਲੇ ਗਏ ਹਾਂ। ਉੱਥੇ ਇਹ ਬੰਦੇ ਜਿਹੜੇ ਆ ਨਜ਼ਰਬੰਦ ਆ, ਅਤੇ ਇਹਨਾਂ 'ਤੇ ਅਸੀਂ ਜੋ ਵੀ ਪੁਲਿਸ ਦੀ ਕਾਰਵਾਈ ਜਿਹੜੀ ਆ ਗੈਕ ਕਾਨੂੰਨ ਦੇ ਮੁਤਾਬਕ ਜਿਹੜੀ ਹੋਊਗੀ ਉਹ ਕਰਾਂਗੇ। ਅਤੇ ਇਹ ਗੱਲ ਉਹਨਾਂ ਨੇ ਆਖੀ ਕਿ ਜੇ ਤੁਹਾਡਾ ਮੁੰਡਾ ਨਿਰਦੋਸ਼ ਆ, ਉਹਦਾ ਕੋਈ ਕਸੂਰ ਨਹੀਂ, ਉਹਨੇ ਲਿਫਟ ਹੀ ਦਿੱਤੀ ਆ, ਬਾਕੀ ਬੰਦੇ ਜਿਹੜੇ ਆ ਕ੍ਰਿਮੀਨਲ ਆ। ਉਹ ਤੋਂ ਬਾਅਦ ਕਹਿੰਦੇ ਆ ਕਿ ਤੁਸੀਂ ਤੁਹਾਡਾ ਮੁੰਡਾ ਜਿਹੜਾ ਆ ਉਹ ਬੜਾ ਹੀ ਸੈਂਸਿਟਿਵ ਆਉਂਦਾ ਅਤੇ ਡਿਪਰੈਸ਼ਨ ਦੇ ਵਿੱਚ ਆ ਗਿਆ, ਡਿਪਰੈਸ਼ਨ ਦੇ ਵਿੱਚ ਆ ਗਿਆ, ਤਾਂ ਉਹ ਆਪਣੇ ਆਪ ਨੂੰ ਸੰਭਾਲ ਨਹੀਂ ਰਿਹਾ, ਅਤੇ ਉਹਦੀ ਹਾਲਤ ਜਿਹੜੀ ਆ ਬੜੀ ਨਾਜ਼ੁਕ ਜਿਹੀ ਲੱਗਦੀ ਆ ਸਾਨੂੰ, ਅਤੇ ਮੁੰਡਾ ਤੁਹਾਡਾ ਬੇਕਸੂਰ ਆ, ਜੇ ਤੁਸੀਂ ਉਹਨੂੰ ਛਡਾਉਣਾ ਚਾਹੁੰਦੇ ਆ ਤਾਂ ਤੁਸੀਂ ਸਾਡੇ ਨਾਲ ਪੈਸਿਆਂ ਦਾ ਲੈਣ ਦੇਣ ਕਰ ਲਓ। ਅਤੇ ਮੈਂ ਇਹ ਜਿਹੜੀ ਆ ਵਟਸਐਪ 'ਤੇ ਜਿਹੜੀ ਕਾਲ ਆਈ ਸੀ, ਮੈਂ ਪੁਲਿਸ ਜਿਹੜੀ ਆ ਨਾਲ ਲੌਂਗਰ ਲੱਗੀ ਸੀ 15 ਬੰਦਿਆਂ ਦੀ, ਉਹਦੇ ਕਰਕੇ ਮੈਂ ਡਰ ਗਿਆ। ਮੈਂ ਉਹਨਾਂ ਨੂੰ ਇਹ ਗੱਲ ਆਖੀ ਵੀ ਕਿ ਸਾਡਾ ਮੁੰਡਾ ਤਾਂ ਜਿਹੜਾ ਆ ਉਹ ਇਸ ਵੇਲੇ ਕਾਊਂਟਿੰਗ ਸੈਂਟਰ ਦੇ ਵਿੱਚ ਹੈ। ਉਹ ਕਹਿੰਦੇ ਵੀ ਨਹੀਂ, ਮੈਂ ਮੁੰਡਾ ਜਿਹੜਾ ਤੁਹਾਡਾ ਜਾਂਦੇ ਮੁੰਡਿਆਂ ਨੂੰ ਉਹਨਾਂ ਨੂੰ ਬੰਦਿਆਂ ਨੂੰ ਲੈ ਕੇ ਗਿਆ, ਮੁੰਡਾ ਸਾਡੀ ਕਸਟਡੀ ਦੇ ਵਿੱਚ ਹੈ, ਸਦਰ ਥਾਣਾ ਹੁਸ਼ਿਆਰਪੁਰ ਦੇ ਵਿੱਚ ਹੈ, ਅਤੇ ਮੁੰਡਾ ਤੁਹਾਡਾ ਬੇਕਸੂਰ ਹੈ, ਜੇ ਤੁਸੀਂ ਛਡਾਉਣਾ ਚਾਹੁੰਦੇ ਤਾਂ 1,00,000 ਰੁਪਈਆ ਜਿਹੜਾ ਆ ਸਾਨੂੰ ਦੇ ਦਿਓ, ਅਤੇ ਤੁਹਾਡੇ 'ਤੇ ਕੇਸ ਕੋਈ ਨਹੀਂ ਬਣੂਗਾ, ਅਸੀਂ ਉਹਨੂੰ ਛੱਡ ਦਿਓ। ਤੁਸੀਂ ਇਹ ਨਹੀਂ ਗੱਲ ਕਹੀ ਕਿ 1,00,000 ਇਸ ਤਰ੍ਹਾਂ ਸਾਡੇ ਕੋਲ ਘਰਾਂ ਦੇ ਵਿੱਚ ਹੈ ਨਹੀਂ ਜਾਂ ਸਾਡੀ ਬੈਂਕ 'ਚ ਹੈ ਨਹੀਂ, ਅਜਿਹੀ ਕੋਈ ਗੱਲ ਉਹਨਾਂ ਨੂੰ ਸੁਝਾ ਦਿੱਤਾ? ਮੈਂ ਸੁਝਾ ਦਿੱਤਾ, ਮੈਂ ਕਿਹਾ ਵੀ 4 ਵਜੇ ਬੈਂਕ ਦਾ ਟਾਈਮ ਵੀ ਖਤਮ ਹੋ ਗਿਆ, ਤੁਹਾਨੂੰ ਕਿੱਥੋਂ ਪੈਸੇ ਦੇਈਏ ਅਸੀਂ? ਕਹਿੰਦੇ ਵੀ ਤੁਸੀਂ ਰਿਸੋਰਸਫੁੱਲ ਹੈਗੇ ਆ, ਜੇ ਤੁਸੀਂ ਆਪਣਾ ਬੰਦਾ ਛਡਾਉਂਦਾ ਕਿਸੇ ਪਾਸੇ ਫੜ ਲਓ। ਉਹਨੇ ਮੈਨੂੰ ਇਹ ਸੁਝਾ ਦਿੱਤਾ, ਫਿਰ ਮੈਂ
ਆਪਣੇ ਮੁੰਡੇ ਦੀ ਖਾਤਰ, ਅਤੇ ਮੁੰਡਾ ਕਿਤੇ ਇਹੋ ਜਿਹੀ ਗੱਲ ਨਾ ਹੋਵੇ, ਅਤੇ ਅਸੀਂ ਤਾਂ ਭੇਜਿਆ ਉਹਨੂੰ ਕਾਉਂਟਿੰਗ ਸੈਂਟਰ ਦੇ ਵਿੱਚ, ਇਹ ਕਹਿੰਦੇ ਸਾਡੀ ਕਸਟੂਡੀ 'ਚ ਹੈ। ਇਹਦੇ ਬਾਰੇ ਮੈਨੂੰ ਕੋਈ ਪਤਾ ਨਹੀਂ ਕਿ ਤੁਸੀਂ ਇਹ ਗੱਲ ਸੱਚੀ ਹੈ ਝੂਠੀ ਹੈ, ਪਰ ਉਹਨਾਂ ਨੇ ਮਾਹੌਲ ਇੱਦਾਂ ਦਾ ਬਣਾ ਦਿੱਤਾ ਕਿ ਇਹ ਗੱਲ ਸੱਚੀ ਹੈ। ਅਤੇ ਮੈਂ ਫਿਰ ਬੈਂਕ 'ਚ ਗਿਆ, ਬੈਂਕ ਬੰਦ ਸੀਗੀ, ਅਤੇ ਮੈਂ ਮੈਨੇਜਰ ਨੂੰ ਕਿਹਾ, ਉਹਦੇ ਕੋਲ ਮੈਂ 30,000 ਰੁਪਈਆ ਉਹਦੇ ਕੋਲ ਲਿਆ, ਤਾਂ ਇਹਨੇ ਫਿਰ ਮੈਨੂੰ ਨੰਬਰ ਦਿੱਤਾ ਕੋਈ ਬੈਂਕ ਦਾ, ਬੈਂਕ ਦੇ ਅਕਾਊਂਟ ਦੇ ਵਿੱਚ ਮੈਂ 30,000 ਰੁਪਈਆ ਜਮ੍ਹਾਂ ਕਰਾ ਦਿੱਤਾ। ਉਸ ਤੋਂ ਬਾਅਦ ਫਿਰ ਇਹ ਕਹਿੰਦੇ ਜੀ SSP ਜਿਹੜਾ ਮੰਨਦਾ ਨਹੀਂ, ਤੁਸੀਂ SSP ਸਾਹਿਬ ਨਾਲ ਗੱਲ ਕਰੋ। ਮੈਂ ਕੀ ਕਰਨੀ ਗੱਲਬਾਤ? ਮੈਂ ਕਿਹਾ ਮੈਂ SSP ਮੇਰੇ ਕੋਲ ਖੜ੍ਹਾ ਇੱਥੇ ਕਿਤੇ? ਮੈਂ ਕਿਹਾ ਇਹ ਸਾਰਾ ਕੁਛ ਮੈਨੂੰ ਨਹੀਂ ਇਹਦੇ ਬਾਰੇ ਕੋਈ ਪਤਾ। SSP ਕਹਿੰਦਾ ਜੀ ਇਹ ਅਸੀਂ ਤਾਂ 10-10 ਲੱਖ ਰੁਪਈਆ ਲੈਂਦੇ ਹੁੰਦੇ ਹਾਂ, ਠੀਕ ਨਹੀਂ, ਅਤੇ 10-10 ਲੱਖ ਰੁਪਈਆ ਲੈਂਦੇ ਹਾਂ ਵੀ ਅਸੀਂ ਮੁੰਡਾ ਨੂੰ ਨਹੀਂ ਛੱਡਣਾ। ਅਤੇ ਫਿਰ ਉਹ ਕਹਿੰਦੇ ਜੀ ਵੀ ਤੁਸੀਂ ਇੱਦਾਂ ਕਰੋ, 50,000 ਰੁਪਈਆ ਹੋਰ ਜਮ੍ਹਾਂ ਕਰਾਓ। ਉਹ ਮੈਂ ਕਿਸੇ ਗੁਆਂਢੀ ਆਪਣੇ ਘਰ ਆਪਣੇ ਪਿੰਡ ਦੀ ਇੱਕ ਦੁਕਾਨ ਆ, ਉੱਥੋਂ ਫਿਰ 70,000 ਰੁਪਈਆ ਹੋਰ ਲਿਆ, ਤਾਂ ਮੈਂ 50,000 ਇੱਕ ਵਾਰੀ, 20,000 ਇੱਕ ਵਾਰੀ ਜਿਹੜਾ ਆਇਆ ਇਹਨਾਂ ਦੇ ਗੂਗਲ 'ਤੇ ਜਿਹੜੇ ਬਸ ਨੰਬਰ ਸੀਗੇ ਇਹਨਾਂ ਦੇ ਮੋਬਾਈਲ ਫੋਨ, ਉਹਨਾਂ ਦੇ ਜਮ੍ਹਾਂ ਕਰਾਇਆ 1,00,000 ਰੁਪਈਏ ਦੀ ਮੇਰੇ ਨਾਲ ਚਾਹੀਦੀ ਹੈ। ਅਤੇ ਇਸ ਬਾਰੇ ਜਦ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਅਸੀਂ ਤੁਹਾਡਾ ਇਹ ਆਹ ਥਾਣਾ ਪੈਂਦਾ ਹੈ, ਆਹ ਤੁਹਾਡਾ ਹੈੱਡਕੁਆਟਰ ਪੈਂਦਾ ਹੈ, ਜਾਂ ਕੋਈ ਹੋਰ ਕਿਸੇ ਦਾ ਨਾਂ ਵਗੈਰਾ ਲਿਆ, ਜਿੱਥੋਂ ਥੋੜ੍ਹੀ ਬਹੁਤੀ ਜਾਣਕਾਰੀ ਵੀ ਮਿਲ ਜਾਂਦੀ? ਕੋਈ ਨਾਂ ਨਹੀਂ, ਨਾਂ ਇਹੀ ਲਿਆ ਕਿ ਸਦਰ ਥਾਣਾ ਹੁਸ਼ਿਆਰਪੁਰ ਦੇ ਵਿੱਚ ਅਸੀਂ ਉੱਥੇ ਮੌਜੂਦ ਹਾਂ। SSP ਜਿਹੜਾ ਆ ਉਹ ਕਹਿੰਦਾ ਵੀ ਅਸੀਂ 10,00,000 ਰੁਪਈਆ ਲੈ ਕੇ ਵੀ ਨਹੀਂ ਬੰਦਾ ਛੱਡਦੇ। ਫਿਰ ਉਹਨਾਂ ਨੇ ਕਿਹਾ ਵੀ ਚਲੋ ਅਸੀਂ ਉਹ ਗਰੀਬ ਬੰਦੇ ਫਲਾਨਾ ਚਿਮਕੜਾ ਇੱਦਾਂ ਦੀਆਂ ਗੱਲਾਂ ਬਾਤਾਂ ਕੀਤੀਆਂ, ਅਤੇ ਤੁਸੀਂ 50,000 ਰੁਪਈਆ ਹੋਰ ਜਮ੍ਹਾਂ ਕਰਾਓ। ਅਤੇ ਮੈਂ ਇੱਦਾਂ ਫੜ ਫੁੜ ਕੇ ਇਹਨਾਂ ਨੂੰ 50,000 ਕਰਾਇਆ, ਫਿਰ ਕਹਿੰਦੇ 20,000 ਹੋਰ ਕਰਾਓ, ਉਹ ਵੀ ਮੈਂ ਇਹਨਾਂ ਦੇ ਗੂਗਲ ਦੇ ਰਾਹੀਂ ਇਹਨਾਂ ਨੂੰ ਪੈਸੇ ਜਿਹੜੇ ਆ ਪੇਮੈਂਟ ਕਰ। ਹੁਣ ਤੱਕ ਦੀ ਜਿਹੜੀ ਗੱਲਬਾਤ ਭਾਈ ਸਾਹਿਬ ਇਹ ਸੁਰਜੀਤ ਸਿੰਘ ਜੀ ਹੁਣਾਂ ਤੋਂ ਸਾਨੂੰ ਪਤਾ ਲੱਗਾ ਕਿ ਇਹਨਾਂ ਨਾਲ ਇਹ ਜਿਹੜਾ ਸਾਡਾ ਸਿਸਟਮ ਹੈਗਾ ਇਲੈਕਟ੍ਰੋਨਿਕ, ਉਹਦੇ ਰਾਹੀਂ ਠੱਗੀ ਵੱਜ ਗਈ ਆ। ਜਦ ਇਹਨਾਂ ਨੂੰ ਅਖੀਰ 'ਤੇ ਲੜਕੇ ਨੇ ਵੀ ਦੱਸਿਆ ਮੈਂ ਠੀਕ ਠਾਕ ਹਾਂ, ਕੋਈ ਇੱਦਾਂ ਦੀ ਘਟਨਾ ਨਹੀਂ ਵਾਪਰੀ, ਤਾਂ ਤੁਸੀਂ ਫਿਰ ਇਸ ਲਈ ਕੋਈ ਪ੍ਰਸ਼ਾਸਨ ਨੂੰ ਕੋਈ ਬੇਨਤੀ ਕੀਤੀ ਜਾਂ ਕੋਈ ਰਿਪੋਰਟ ਕੀਤੀ ਕਿ ਇਸ ਦਾ ਸਾਨੂੰ ਇਨਸਾਫ ਦਿੱਤਾ ਜਾਵੇ? ਉਹ 4 ਤਰੀਕ ਨੂੰ 6-7 ਵੱਜ ਗਏ ਸੀ, ਟਾਈਮ ਜਿਹੜਾ ਜ਼ਿਆਦਾ ਹੋ ਗਿਆ ਸੀ। 5 ਤਰੀਕ ਨੂੰ ਜਿਹੜੀ ਆ ਉਹ ਸਾਈਬਰ ਸੈੱਲ ਜਿਹੜਾ ਹੈ ਹੁਸ਼ਿਆਰਪੁਰ ਕ੍ਰਾਈਮ ਬ੍ਰਾਂਚ ਜਿਹੜੀ ਆ ਉੱਥੇ ਆਪਾਂ ਔਨਲਾਈਨ ਕੰਪਲੇਂਟ ਇਹਨਾਂ ਕੋਲ ਦਰਜ ਕਰਵਾਈ ਹੈ।